ਸਰ ਕੀ ਨਾਮ ਆ ਜੀ? ਹਰਵਿੰਦਰ ਸਿੰਘ। ਤੇ ਸਰ ਗੱਡੀ ਤੁਹਾਡੀ ਨਹਿਰ ਦੇ ਵਿੱਚ ਡਿੱਗੀ, ਕਿੱਥੋਂ ਆ ਰਹੇ ਸੀ? ਚਿੰਤਪੁਰਨੀ ਸਰ। ਚਿੰਤਪੁਰਨੀ ਸੇ ਆ ਰਹੇ ਸੀ, ਤੇ ਕੀ ਹੋਇਆ ਕਿਆ ਸਰ? ਮੇਰੇ ਆਗੇ ਮੱਖੀ ਆ ਗਈ ਸੀ, ਮੈਂ ਸ਼ੀਸ਼ਾ ਡਾਊਨ ਕਰਕੇ ਕੱਪੜੇ ਤੋਂ ਮੱਖੀ ਹਟਾ ਰਿਹਾ ਤਾ, ਜਾਨ ਚਲਾ ਗਿਆ ਗਾੜੀਆ ਦਾ, ਔਰ ਮੋੜ ਪੇ ਫਿਰ ਗਾੜੀ ਅਨਬੈਲੈਂਸ ਹੋ ਗਈ। ਕਿੰਨੇ ਮੈਂਬਰ ਕਿੰਨੇ ਸਵਾਰ ਸੀ ਗਾੜੀ ਨੂੰ? ਪੰਜ। ਪੰਜ ਕੌਣ ਕੌਣ ਸਰ? ਮੈਂ, ਮੇਰੀ ਵਾਈਫ, ਮੇਰਾ ਬੇਟਾ ਥਾ, ਮੇਰੀ ਸਿਸਟਰ ਔਰ ਉਸਕਾ ਲੜਕਾ। ਜੀ, ਤੋ ਜਬ ਗਾੜੀ ਨਹਿਰ ਮੇਂ ਗਿਰੀ ਥੀ ਤੋ ਰੈਸਕਿਊ ਨਜ਼ਦੀਕੀ ਲੋਗੋਂ ਨੇ ਕੀ ਨਿਕਾਲਾ ਥਾ ਗਾੜੀ? ਹਾਂ, ਯਹਾਂ ਸੇ ਜੋ ਆ ਰਹੇ ਜਾ ਰਹੇ ਥੇ ਉਨ੍ਹੋਂਨੇ ਕਪੜਾ ਪਕੜਾਇਆ ਥਾ, ਚੁੰਨੀ ਥੀ, ਚੁੰਨੀ ਤੋਂ ਬਾਂਧ ਕੇ ਹਮਕੋ ਉੱਪਰ ਖੀਚਾ। ਸ਼ੀਸ਼ੇ ਖੁੱਲੇ ਹੋਏ ਥੇ ਗਾੜੀ ਕੇ? ਹਾਂ, ਸ਼ੀਸ਼ੇ ਖੁੱਲੇ ਹੋਏ ਥੇ, ਦੋਨੋਂ ਆਗੇ ਕੇ। ਲੱਗਤਾ ਸ਼ੀਸ਼ੇ ਖੁੱਲੇ ਹੋਣੇ ਕੇ ਕਾਰਨ ਜੋ ਬਚਾਵ ਹੋ ਗਿਆ ਜੋ ਬੰਦ ਹੋ ਗਿਆ। ਹਾਂ, ਸ਼ੀਸ਼ੇ ਖੁੱਲੇ ਹੋਣੇ ਸੇ ਬਚ ਗਏ ਥੇ, ਔਰ ਇੱਕ ਦਰਵਾਜ਼ਾ ਵੀ ਖੁੱਲ ਗਿਆ ਥਾ। ਦੇਖੇ ਇੱਕ ਗਾੜੀ ਲੀਕ ਅਪ ਥੀ ਹੈ। 2 ਦਿਨ ਹੋਏ ਲੀ ਹੋ। ਕੌਣ ਸੀ ਗਾੜੀ ਸਰ ਇਹ? ਗਾੜੀ ਕੌਣ ਸੀ? ਇਨੋਵਾ ਆਈ ਕ੍ਰੋਸ। ਜੀ, 2 ਦਿਨ ਪਹਿਲੇ ਲੀ ਸੀ। ਹਾਂ ਜੀ। ਤੋ ਕਿੰਨਾ ਨੁਕਸਾਨ ਹੋਇਆ ਗਾੜੀ ਦਾ? ਅਭੀ ਇਹ ਤੋ ਸ਼ੋਰੂਮ ਵਾਲੇ ਹੀ ਬਤਾਏਂਗੇ। ਜੀ, ਸਰਵਿਸ ਸੈਂਟਰ ਕੋਈ ਉੱਥੇ ਸੰਪਰਕ ਹੋਇਆ ਹੀ ਕਰੋ? ਹਾਂ, ਹੋ ਗਿਆ ਹੈ ਉਨਸੇ। ਜੀ, ਅਬ ਲੈ ਕੇ ਜਾਣੀ ਹੈ ਸਰਵਿਸ ਸੈਂਟਰ, ਰੋਜ਼ ਉਸ ਕੋ ਫੋਨ ਕਰਨਾ ਹੈ, ਲੈ ਜਾਏਂਗੇ। ਤੋ ਕੀ ਮੰਗ ਕੀ ਕਰਦੇ ਹੋ ਆਪ? ਮੰਗ ਕੀ ਹੈ? ਬਸ ਯਹਾਂ ਥੋੜੇ ਸੇ ਇੰਪੈਕਟ ਬੈਰੀਅਰ ਲਗਨੇ ਚਾਹੀਏ ਸਾਈਡ ਮੇਂ ਨਾ, ਤਾਕਿ ਕਿਸੇ ਦਾ ਜਾਨ ਬਚ ਕੇ ਕੁਛ ਹੋਰ ਕੋਈ ਗਿਰੇ ਨਾ। ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ? ਕੋਈ ਬੱਚੇ ਨਹੀਂ, ਕਿਸੇ ਦਾ ਕੋਈ ਨੁਕਸਾਨ ਨਹੀਂ। ਠੀਕ ਹੈ। ਪਰ ਮਤਲਬ ਕਿ ਗਾੜੀ ਇੰਸ਼ੋਰੈਂਸ ਹੈ ਗਾੜੀ ਕੀ? ਹਾਂ ਹਾਂ। ਇੱਥੇ ਕੀ ਕਹਿੰਦੇ ਨੂੰ ਗੱਡੀ ਡਿੱਗੀ ਹੈ, ਇਸ ਤਰ੍ਹਾਂ ਹੋਵੇਗਾ? ਇਹ ਹਰਵਿੰਦਰ ਸਿੰਘ ਹੈ, ਦਿੱਲੀ ਤੋਂ ਆ ਰਿਹਾ ਸੀਗਾ ਜੀ, ਚਿੰਤਪੁਰਨੀ ਗਿਆ ਸੀਗਾ ਜੀ, ਮਾਤਾ ਚਿੰਤਪੁਰਨੀ ਦਾ। ਉਹ ਤੋਂ ਬਾਅਦ ਆਪਣੇ ਪਿੰਡ, ਪੁਰਾਣੇ ਪਿੰਡ ਨਰੰਗਪੁਰ ਕੋਠੀ ਜਾ ਰਿਹਾ ਸੀਗਾ ਜੀ। ਇਹਦੇ ਕਹਿਣ ਅਨੁਸਾਰ ਵੀ ਜਦੋਂ ਗੱਡੀ ਲੈ ਕੇ ਆਇਆ ਆਪਣੀ ਇਨੋਵਾ ਕਾਰ, ਤੇ ਉਹਦੀ ਅੱਖ ਵਿੱਚ ਕੁਝ ਪੈ ਗਿਆ, ਤੇ ਉਹਨੂੰ ਜਦੋਂ ਕਰਨ ਲਗਾ ਅਨਬੈਲੈਂਸ ਹੋ ਕੇ ਗੱਡੀ ਡਿੱਗ ਗਈ। ਨੈਕਸਟ ਕਿੰਨੇ ਮੈਂਬਰ ਕਿੰਨੇ ਦੱਸੇ ਯਾਰ ਗੱਡੀ ਤੇ? ਇਹ ਖੁਦ ਸੀਗਾ, ਇਹਦੀ ਘਰ ਵਾਲੀ, ਇਹਦਾ ਲੜਕਾ, ਤੇ ਇਹਦੀ ਸਿਸਟਰ ਸੀਗੀ ਤੇ ਉਹਦਾ ਲੜਕਾ ਸੀ, ਦੋਨੇ ਸੀ। ਤੇ ਉਹਨਾਂ ਦਾ ਨੁਕਸਾਨ ਤਾਂ ਨਹੀਂ? ਉਹ ਠੀਕ ਹੈ, ਸੇਫ ਫੜ ਲਈ ਦੁਨੀਆ ਨੇ, ਪਬਲਿਕ ਨੇ ਗੱਡੀ ਵਿਗੜ ਲਈ ਆ ਜੀ। ਹਾਂਜੀ ਹਾਂਜੀ। ਸਰ ਅੱਗੇ ਕੀ ਕਾਰਵਾਈ? ਬਸ ਕਾਰਵਾਈ ਕੀ ਹੈ ਜੀ, ਅਚਨਚੇਤ ਹੋਏ ਸਭ ਨੂੰ ਹੋਇਆ ਜੀ। ਹਾਂਜੀ। ਤੁਸੀਂ ਕਿੱਥੇ ਆਏ ਹੋ? ਕਾਫੀ ਲੋਕ ਇਕੱਠੇ ਹੋ ਸੀ। ਇਹ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਦਿਨ ਆ ਰਿਹਾ? ਭਾਜੀ, ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਕੰਢੀ ਨਹਿਰ ਦੇ ਕਿਨਾਰੇ ਜਿਹੜੀ ਸੇਫਟੀ ਵਾਲ ਪਹਿਲਾਂ ਸੀਗੀ, ਨਹਿਰ ਬਣਨ ਤੋਂ ਪਹਿਲਾਂ, ਉਹਨੂੰ ਦੁਬਾਰੇ ਬਣਾਇਆ ਜਾਵੇ। ਇਸ ਮੁੱਦੇ ਦੇ ਉੱਤੇ ਅਸੀਂ ਇੱਕ ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਹਾਂ। ਆਏ ਦਿਨ ਇਸ ਨਹਿਰ ਦੇ ਵਿੱਚ ਡਿੱਗਣ ਨਾਲ ਕਈ ਕੀਮਤੀ ਜਾਨਾਂ ਅਸੀਂ ਗਵਾ ਵੀ ਚੁੱਕੇ ਹਾਂ। ਪਰਮਾਤਮਾ ਦੀ ਬੜੀ ਬਖਸ਼ਿਸ਼ ਰਹੀ ਹੈ ਕਿ ਅੱਜ ਜਾਨ ਨਹੀਂ ਉਹਨਾਂ ਦੀ ਗਈ, ਪਰ ਉਹਨਾਂ ਦੀ ਗੱਡੀ ਕੰਡਮ ਹੋ ਚੁੱਕੀ ਹੈ। ਤੇ ਅਸੀਂ ਇਹੀ ਮੰਗ ਕਰਦੇ ਹਾਂ, ਇਹੀ ਗੁਹਾਰ ਲਗਾਉਂਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਕੰਢੀ ਨਹਿਰ ਦੇ ਕਿਨਾਰੇ ਜਿਹੜੀ ਹੈ ਰਿਟੇਨਿੰਗ ਵਾਲ ਲਵੇ, ਸੇਫਟੀ ਵਾਲ ਲਗਾਈ ਜਾਵੇ। ਜਿਹੜੀ ਗੱਡੀ ਦੇ ਵਿੱਚ ਜਿਹੜੇ ਪਰਿਵਾਰ ਜਿਹੜੇ ਦਿੱਲੀ ਤੋਂ ਆਏ ਹੋਏ, ਲੱਗਦਾ ਉਹਨਾਂ ਦਾ ਵੀ ਕਹਿਣਾ ਕਿ ਸੇਫਟੀ ਵਾਲ ਹੁੰਦੀ ਤਾਂ ਸ਼ਾਇਦ ਗੱਡੀ ਨਾ ਡਿੱਗਦੀ, ਕਾਫੀ ਨੁਕਸਾਨ। ਭਾਜੀ, ਸੇਫਟੀ ਵਾਲ ਜਿਹੜੀ ਹੁੰਦੀ ਉਹਦੇ ਕਰਕੇ ਨੁਕਸਾਨ ਨਹੀਂ ਹੋਣਾ ਸੀ, ਤੁਸੀਂ ਪਿੱਛੇ ਦੇਖ ਸਕਦੇ ਹੋ, ਆ ਦਿਖਾ ਦਿਓ ਮਾਰੇ ਕੈਮਰੇ ਦੇ ਮਾਧਿਅਮ ਦੇ ਨਾਲ। ਸਿਰਫ 10 ਫੁੱਟ ਦਾ ਰਸਤਾ ਬਚ ਚੁੱਕਾ ਹੈ, ਜੋ ਪਹਿਲਾਂ ਰਸਤਾ 15 20 ਫੁੱਟ ਦਾ 18 ਫੁੱਟ ਦਾ ਹੁੰਦਾ ਸੀ, ਉਹ ਸੇਫਟੀ ਵਾਲ ਨਾ ਹੋਣ ਕਰਕੇ 10 ਫੁੱਟ ਦਾ ਰਸਤਾ ਬਚਿਆ ਹੈ, ਜਿਹਦੀ ਵਜ੍ਹਾ ਨਾਲ ਆਏ ਦਿਨ ਹਾਦਸੇ ਹੁੰਦੇ ਨੇ। ਜੇ ਭਵਿੱਖ ਦੇ ਵਿੱਚ ਇਹੋ ਜਿਹਾ ਕੋਈ ਹਾਦਸਾ ਹੋਇਆ ਜਿਸ ਦੇ ਨਾਲ ਕਿਸੇ ਦੀ ਜਾਨ ਗਈ, ਤਾਂ ਨਹਿਰ ਵਿਭਾਗ ਦੇ SDO ਤੇ ਐਕਸੀਅਨ ਦੇ ਉੱਤੇ ਜਾਨਲੇਵਾ ਹਮਲਾ ਕਰਨ ਦਾ ਔਰ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਾਇਆ ਜਾਏਗਾ ਜੀ। ਲੱਗਦਾ ਕਿ ਆਏ ਦਿਨ ਜਿਹੜੇ ਇਸ ਤਰ੍ਹਾਂ ਦੇ ਹਰ ਕੋਈ ਪ੍ਰਸ਼ਾਸਨ ਦੇ ਨਹਿਰ ਵਿਭਾਗ ਦੇ ਅਧਿਕਾਰੀ ਇੱਥੇ ਕਦੀ ਵੀ ਨਹੀਂ ਪਹੁੰਚੇ। ਭਾਜੀ, ਮੈਂ ਉਹੀ ਗੱਲ ਦਿਖਾ ਰਿਹਾ ਨਾ, ਪੁਲਿਸ ਪ੍ਰਸ਼ਾਸਨ ਆ ਗਈ, ਕੰਢੀ ਦੇ ਲੋਕ ਇਕੱਠੇ ਹੋ ਗਏ, ਲੋਕਾਂ ਨੇ ਆਪ ਮੁਹਾਰੇ ਗੱਡੀ ਬਾਹਰ ਕਢਵਾ ਲਈ, ਪਰ ਜਿਹੜਾ ਨਹਿਰ ਮਹਿਕਮਾ ਉਹ ਨਾ ਤਾਂ ਜੰਮਿਆਂ ਤੇ ਆਉਂਦਾ ਨਾ ਮਰਿਆਂ ਤੇ ਆਉਂਦਾ। ਮੈਂ ਫੇਰ ਇਹੀ ਗੱਲ ਦੁਹਰਾ ਰਿਹਾ ਕਿ ਜੇ ਦੁਬਾਰਾ ਇਹੋ ਜਿਹਾ ਕੋਈ ਹਾਦਸਾ ਹੋਇਆ ਕਿਸੇ ਦੀ ਜਾਨ ਗਈ, ਤੇ ਅਸੀਂ ਬਾਈ ਨੇਮ SDO ਤੇ ਐਕਸ਼ਨ ਦੇ ਉੱਤੇ ਗੈਰ ਇਰਾਦਤਨ ਹੱਤਿਆ ਦਾ ਜਿਹੜਾ ਮਾਮਲਾ ਦਰਜ ਕਰਾਵਾਂਗੇ। ਦਿੱਲੀ ਦਾ ਵਿਅਕਤੀ ਆਇਆ, ਕਿੱਦਾਂ ਦਾ ਮੈਸੇਜ ਲੈ ਕੇ ਜਾਣਗੇ ਇੱਥੋਂ, ਕਿੱਥੇ ਸੇਫਟੀ ਦਾ ਕੋਈ ਪ੍ਰਬੰਧ? ਭਾਜੀ, ਉਹ ਪੰਜਾਬ ਦੀ ਜਿਹੜੀ ਇੱਕ ਦੁਨੀਆ ਦੇ ਅੰਦਰ ਇੱਕ ਵਧੀਆ ਇਮੇਜ ਬਣੀ ਆ, ਉਹ ਮਿੱਟੀ ਹੋ ਜਾਏਗੀ, ਢਾਹ ਢੇਰੀ ਹੋ ਜਾਏਗੀ। ਉਹ ਜਾ ਕੇ ਆਪਣੇ ਲੋਕਾਂ ਨੂੰ ਇਹ ਕਹਿਣਗੇ ਕਿ ਨਹਿਰ ਤਾਂ ਹੈਗੀ ਪਰ ਨਹਿਰ ਦੇ ਕਿਨਾਰੇ ਸੇਫਟੀ ਵਾਲ ਨਹੀਂ ਹੈਗੀ ਹੈ।
ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਭਾਵੇਂ ਬਾਕੀ ਕੰਮਾਂ ਨੂੰ ਥੋੜਾ ਡਿਲੇ ਕੀਤਾ ਜਾਵੇ, ਇਸ ਕੰਮ ਨੂੰ ਪਹਿਲ ਦੇ ਆਧਾਰ ਕੀਤਾ ਜਾਵੇ।